ਤੁਸੀਂ ਸਾਰਿਆਂ ਨੇ ਦੇਖਿਆ ਕਿਵੇਂ ਬੋਹਾ ਦੇ ਕਾਂਗਰਸ ਦੇ ਐਮਐਲਏ ਨੇ ਇੱਕ ਗਰੀਬ ਨੂੰ ਥੱਪੜ ਮਾਰ ਕੇ ਕੁੱਟਿਆ ਕਿਉਂਕਿ ਉਸ ਗਰੀਬ ਨੇ ਸਵਾਲ ਕੀਤਾ ਕਿ ਤੁਸੀਂ 5 ਸਾਲ ਚ ਕੀਤਾ ਕੀ ਜੇ ਆ ਹਾਲਾਤ ਬਣ ਗਈ ਕਾਂਗਰਸ ਦੀ ਕਿ ਹੁਣ ਆਮ ਜਨਤਾ ਜੋ ਪੁੱਛਦੀ ਹੈ ਤਾਂ ਇਹਨਾਂ ਦੇ ਵਿਧਾਇਕ ਕੁੱਟਣ ਲੱਗ ਗਏ ਹੈ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਆ ਸੁਨੇਹਾ ਚੰਨੀ ਦੀ ਸਰਕਾਰ ਦੇਣਾ ਚਾਹੁੰਦੀ ਹੈ ਕਿ ਜਿਹੜਾ ਸਵਾਲ ਪੁੱਛੂਗਾ ਉਹਨੂੰ ਕੁੱਟਿਆ ਜਾਊਗਾ ਚੰਨੀ ਸਾਹਿਬ ਬਿਆਨ ਦਿੰਦੇ ਕਿ ਸਾਡੇ ਕੋਲ ਪੈਸਾ ਵਾਧੂ ਹੈ ਜੇ ਪੈਸਾ ਤੁਹਾਡੇ ਕੋਲ ਵਾਧੂ ਹੈ ਚੰਨੀ ਸਾਹਿਬ ਫਿਰ ਜਿਹੜਾ ਕਰਜ਼ਾ ਮਾਫ਼ ਦਾ ਕਿਹਾ ਸੀ ਤੁਸੀਂ ਜੇ 2500 ਪੈਨਸ਼ਨ ਕਹੀ ਸੀ 55000 ਸ਼ਗਨ ਕਿਹਾ ਸੀ ਜੇ ਘਰ ਘਰ ਨੌਕਰੀ ਕਹੀ ਸੀ ਜਿਹੜੇ ਮੋਬਾਈਲ ਫੋਨ ਦਿੱਤੇ ਉਹ ਕਿਉਂ ਨਹੀਂ ਦੇ ਰਹੇ ਡਰਾਮਾ ਕਰਨਾ ਛੱਡ ਦਿਓ ਆਪਣੀ ਲੜਾਈ ਬੰਦ ਕਰੋ ਪੰਜਾਬ ਦੀ ਲੋਕਾਂ ਦੀ ਲੜਾਈ ਲੜੋ ਤੁਸੀਂ ਆਉਣ ਸਾਰ ਪੰਜਾਬ ਦੇ ਪਿੱਠ 'ਤੇ ਛੁਰਾ ਮਾਰਿਆ ਜਿਹੜਾ ਤੁਸੀਂ ਅੱਧਾ ਪੰਜਾਬ ਸੈਂਟਰ ਦੇ ਹਵਾਲੇ ਕਰ ਦਿੱਤਾ ਪਹਿਲੇ ਕਿਸਾਨੀ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਨੇ ਬਹਿ ਕੇ ਬਣਾਏ ਉਹਨਾਂ ਨੂੰ ਹੁਣ ਉਹਨਾਂ ਦੇ ਬੈਠ 'ਤੇ ਤੁਸੀਂ ਛੁਰਾ ਮਾਰਿਆ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਬਚੀਏ ਇਸ ਕਾਂਗਰਸ ਦੇ ਰਾਜ ਤੋਂ ਜਿਸ ਰਾਜ ਨੇ ਤਬਾਹੀ ਲਿਆਂਦੀ ਹੈ ਪੰਜਾਬ 'ਚ ਅੱਜ ਹਰ ਇਨਸਾਨ ਦੁਖੀ ਹੈ ਜੇ ਦੁਖੀ ਇਨਸਾਨ ਆਪਣੀ ਗੱਲ ਕਰਨਾ ਚਾਹੁੰਦਾ ਉਹਨੂੰ ਕੁੱਟਿਆ ਜਾ ਰਿਹਾ